ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਿਪੋਰਟਰ ਜਸਵੀਰ ਸਿੰਘ, ਕੈਮਰਾਮੈਨ ਰਾਜਾ ਜੀ ਦੇ ਨਾਲ। ਅਸੀਂ ਪਹੁੰਚੇ ਹਾਂ ਸਰਪੰਚ ਸਰਦਾਰ ਰਾਮ ਸਿੰਘ ਜੀ, ਜੋ ਕਿ ਪਿੰਡ ਥੋਬਾ ਹਲਕਾ ਅਤੇ ਬਲਾਕ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਨਿਵਾਸ ਸਥਾਨ 'ਤੇ। ਆਓ ਆਪਾਂ ਮਿਲਦੇ ਹਾਂ ਸਰਦਾਰ ਰਾਮ ਸਿੰਘ ਜੀ, ਜੋ ਕਿ ਮੌਜੂਦਾ ਸਰਪੰਚ ਨੇ। ਹਾਂਜੀ ਰਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਰਾਮ ਸਿੰਘ, ਪਿੰਡ ਥੋਬਾ ਬਲਾਕ ਅਤੇ ਹਲਕਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਨਗਰ ਵਾਸੀਆਂ, MLA ਸਾਹਿਬ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਐਡੇ ਵੱਡੇ ਨਗਰ ਦਾ ਸੇਵਾ ਦਾ ਮੌਕਾ ਦਿੱਤਾ ਅਤੇ ਸੇਵਾ ਲਈ ਮਾਣ ਬਖਸ਼ਿਆ। ਮੈਂ ਇਸ ਗੱਲ 'ਤੇ ਅਸੀਂ ਬਿਲਕੁਲ ਖਰੇ ਉਤਰਾਂਗੇ, ਜੋ ਵੀ ਸਾਡੇ ਵਿਕਾਸ ਦੇ ਕੰਮ ਕਰਨ ਵਾਲੇ ਅਧੂਰੇ ਨੇ ਪੂਰੇ ਕਰਾਂਗੇ। ਅਤੇ ਸਰਪੰਚ ਸਾਹਿਬ, ਜਿਵੇਂ ਕਿ ਆਪਣੇ ਪਿੰਡ ਦੇ ਵਿੱਚ ਤਕਰੀਬਨ 1500 ਤੋਂ 2000 ਦੇ ਲਾਗੇ ਲਗਭਗ ਆਪਣੀ ਵੋਟ ਆ, ਅਤੇ ਆਪਣੇ 3000 ਤੋਂ 4000 ਦੇ ਲਗਭਗ ਆਪਣੇ ਪਿੰਡ ਦੀ ਆਬਾਦੀ ਆ। ਪਿੰਡ ਦੇ ਲੋਕਾਂ ਨੇ ਅਤੇ MLA ਸਾਹਿਬ ਨੇ ਜਿਸ ਮਾਣ ਨਾਲ, ਜਿਸ ਉਮੀਦ ਨਾਲ ਉਹਨਾਂ ਤੁਹਾਨੂੰ ਸਰਪੰਚ ਬਣਾਇਆ, ਤੁਹਾਡੀ ਕਾਰਗੁਜ਼ਾਰੀ ਕੁਛ ਨਾ ਕੁਛ ਦੇਖ ਕੇ ਉਹਨਾਂ ਨੇ ਤੁਹਾਡੇ 'ਤੇ ਇਸ ਮਾਣ ਜਿਤਾਇਆ, ਅਤੇ ਜਿਸ ਉਮੀਦ ਨਾਲ ਉਹਨਾਂ ਤੁਹਾਨੂੰ ਸਰਪੰਚ ਬਣਾਇਆ, ਤੁਸੀਂ ਉਹਨਾਂ ਦੀ ਉਮੀਦ 'ਤੇ ਹੁਣ ਤੱਕ ਕਿੰਨਾ ਖਰੇ ਉਤਰੇ ਜੇ? ਜਿੰਨਾ ਵੀ ਪਿੱਛੇ ਸਾਨੂੰ ਪਾਵਰ ਮਿਲੀ ਆ ਕੰਮ ਕਾਰ ਕਰਨ ਵਾਸਤੇ, ਜਾਂ ਕੋਈ ਗ੍ਰਾਂਟ ਪਈ ਆ, ਉਹ ਜਿੰਨਾ ਕੁ ਹੋ ਸਕਦਾ ਸੀ ਉਹ ਤੋਂ ਵੱਧ ਕੇ ਅਸੀਂ ਕੀਤਾ ਵਾ। ਅਤੇ ਇਸੇ ਤਰ੍ਹਾਂ ਹੀ ਮਾਣ ਧਾਣ MLA ਸਾਹਿਬ ਦਾ ਰੱਖਾਂਗੇ ਅਤੇ ਨਗਰ ਦਾ ਵੀ ਰੱਖਾਂਗੇ, ਅਤੇ ਵੱਧ ਤੋਂ ਵੱਧ ਅਸੀਂ ਭਲਾਈ ਦੇ ਕੰਮ ਕਰਾਂਗੇ। ਅਤੇ ਜਿਵੇਂ ਸਰਪੰਚ ਸਾਹਿਬ, ਤੁਸੀਂ ਸਾਨੂੰ ਇੱਕ ਚੀਜ਼ ਦੱਸੀ ਸੀ ਕਿ ਤੁਸੀਂ ਆਪਣੇ ਪਿੰਡ ਵਿੱਚ ਕਦੀ ਵੀ ਆਪਣੇ ਆਪ ਨੂੰ ਸਰਪੰਚ ਸਮਝ ਕੇ ਨਹੀਂ, ਕਦੀ ਵਿਚਰੇ ਹੁਣ ਸਰਪੰਚ ਸਮਝ ਕੇ ਨਹੀਂ ਤੁਸੀਂ ਆਪਣੇ ਆਪ ਨੂੰ ਪਿੰਡਾਂ ਦੇ ਲੋਕਾਂ ਦੇ ਨਾਲ ਮਿਲੇ, ਤੁਸੀਂ ਇੱਕ ਸੇਵਾਦਾਰ ਦੇ ਤੌਰ 'ਤੇ ਇੱਕ ਸੇਵਾ ਨਿਭਾਉਂਦੇ ਹੋਏ ਪਿੰਡ ਦੇ ਵਿੱਚ ਵਿਚਰਦੇ ਜੇ, ਪਿੰਡ ਦੇ ਲੋਕਾਂ ਨੂੰ ਤੁਸੀਂ ਮਿਲਦੇ ਜੇ, ਅਤੇ ਤੁਸੀਂ ਜਦੋਂ ਸਰਪੰਚ ਬਣੇ ਉਸ ਟਾਈਮ ਤੁਹਾਨੂੰ ਕਿਵੇਂ ਮਹਿਸੂਸ ਹੋਏ ਕਿ ਤੁਸੀਂ ਇੱਕ ਸਰਪੰਚ ਬਣੇ ਜੇ ਕਿ ਜਾਂ ਪਿੰਡ ਦੇ ਸੇਵਾਦਾਰ ਬਣੇ ਜੇ? ਨਹੀਂ ਜੀ, ਅਸੀਂ ਕਾਫੀ ਲੰਬੇ ਸਮੇਂ ਤੋਂ ਸਾਂਝੇ ਕੰਮਾਂ ਲਈ ਤੁਰੇ ਆ ਰਹੇ ਹਾਂ। ਐਰਕਾ ਸੰਤ ਨੇ ਅਤੇ MLA ਸਾਹਿਬ ਨੇ ਸਰਪੰਚੀ ਦਾ ਮਾਣ ਬਖਸ਼ਿਆ, ਸੇਵਾ ਲਾਈ ਹੈ ਪਿੰਡ ਦੀ। ਅਸੀਂ ਸਰਪੰਚ ਨਹੀਂ ਬਲਕਿ ਸਾਰੇ ਭੈਣ ਭਰਾਵਾਂ ਨਾਲ ਰਲ ਮਿਲ ਕੇ ਚੱਲਦੇ ਹਾਂ, ਚੱਲਦੇ ਰਹਾਂਗੇ, ਅਤੇ ਆਪਣੇ ਆਪ ਨੂੰ ਸਰਪੰਚ ਸਾਹਿਬ ਨਹੀਂ ਸੇਵਾਦਾਰੀ ਬਣ ਕੇ ਰਹਿਣਾ ਚਾਹੁੰਦੇ ਹਾਂ। ਤੁਸੀਂ ਸਭ ਤੋਂ ਪਹਿਲਾਂ ਕਿਹੜੀ ਮੁਸ਼ਕਿਲ ਨੂੰ ਆਪਣੇ ਪਿੰਡ ਦੀ ਨੂੰ ਹੱਲ ਕਰਨਾ ਚਾਹਿਆ? ਮੁੱਦੇ ਤਾਂ ਵੇਖੋ ਜੀ, ਕੰਮ ਅਧੂਰੇ ਬਹੁਤ ਜ਼ਿਆਦਾ ਨੇ ਆਪਣੇ। ਅਸੀਂ ਇੱਕ ਮੇਨ ਬਾਜ਼ਾਰ ਬਣਦਾ ਬਸਤੀ, ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਉਹ ਕਾਫੀ ਦੇਰ ਦਾ 12 ਸਾਲ ਤੋਂ ਚਿੱਕੜ ਕਣੀ ਖੋਭਾ ਪਾਣੀ ਨਾਲ ਭਰੀ ਰਹਿੰਦੀ ਸੀ। ਸਭ ਤੋਂ ਪਹਿਲਾਂ ਹੀ ਉਹ ਗਰੀਬ ਜਨਤਾ ਦੇ ਹੱਥ ਨਾਲ ਹੱਥ ਮਿਲਾ ਕੇ, ਬਾਂਹ ਇੱਕ ਦੂਜੇ ਦੀ ਬਾਂਹ ਫੜ ਕੇ ਉਹ ਇਹ ਪ੍ਰੋਜੈਕਟ ਸਿਰੇ ਚਾੜਿਆ ਵਾ। ਅਤੇ ਅੱਗੇ ਵੀ ਚਾਹੁੰਦੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਨਿਕਾਸ ਹੋ ਸਕੇ, ਪਾਣੀ ਦੇ ਨਿਕਾਸ ਦੀ ਮੰਦੀ ਹਾਲਤ ਆ, ਉਹਦੇ ਵਾਸਤੇ ਵੀ ਅਸੀਂ MLA ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਜਾ ਕੇ ਕਿ ਵੱਧ ਤੋਂ ਵੱਧ ਸਾਨੂੰ ਪਿੰਡ ਨੂੰ ਗ੍ਰਾਂਟ ਦੇਣ, ਤਾਂ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ MLA ਸਾਹਿਬ ਨੇ ਵੀ, ਇਲੈਕਸ਼ਨ ਟਾਈਮ ਅਸੀਂ ਉਹ ਪੂਰੇ ਕਰ ਸਕੀਏ। ਪਿੰਡ ਦੇ ਵਿੱਚ ਕਦੀ ਵੀ ਆਪਣੇ ਪਿੰਡ ਦੀ ਪੰਚਾਇਤ ਦੀ ਜਾਂ ਪਿੰਡ ਦੇ ਲੋਕਾਂ ਨਾਲ ਮੀਟਿੰਗ ਕਰਦੇ ਜੇ, ਤੁਸੀਂ ਕਿਹੜੇ ਕਿਹੜੇ ਮੁੱਦੇ ਹੋਰ ਆਪਣੇ ਪਿੰਡ ਦੇ ਜਿਹੜੇ ਤੁਹਾਨੂੰ ਲੱਗਦੇ ਕਿ ਆਹ ਹੋਣ ਵਾਲੇ ਆ, ਉਹ ਕਿਹੜੇ ਕਿਹੜੇ ਮੁੱਦਿਆਂ 'ਤੇ ਤੁਸੀਂ ਚਰਚਾ ਕਰਦੇ ਆਪਣੇ MLA ਸਾਹਿਬ ਦੇ ਨਾਲ? ਇੱਕ ਤਾਂ ਪਹਿਲਾਂ ਸਭ ਤੋਂ ਪਿੰਡ ਦੇ ਚਾਰਜ ਫੇਰੇ ਫਿਰਨੀ ਆ, ਉਹਦੇ ਵਾਸਤੇ ਅਸੀਂ ਲੋਕਾਂ ਦਾ ਸਹਿਯੋਗ ਵੀ ਲੈਂਦੇ ਹਾਂ, ਲੋਕ ਸਹਿਯੋਗ ਦਿੰਦੇ ਵੀ ਨੇ। ਅਤੇ ਇੱਕ ਅਸੀਂ ਜ਼ਿਆਦਾਤਰ ਇਸੇ ਪਾਸੇ ਰੱਖਦੇ ਹਾਂ ਕਿ ਵਿਰੋਧੀ ਧਿਰ ਨੂੰ ਵੀ ਅਸੀਂ ਆਪਣਾ ਸਮਝ ਕੇ, ਉਹਨਾਂ ਦੇ ਕੰਮਾਂ ਕਾਰਾਂ ਵਿੱਚ ਕੋਈ ਦਿੱਕਤ ਆਉਂਦੀ ਅਸੀਂ ਨਾਲ ਮੋਢੇ ਨਾਲ ਮੋਢਾ ਲਾਉਂਦੇ ਹਾਂ, ਉਹਨਾਂ ਦੇ ਉਹ ਸਾਡੇ ਨਾਲ ਲਾਉਂਦੇ ਨੇ, ਅਤੇ ਚਾਹੁੰਦੇ ਅਸੀਂ ਇੱਦਾਂ ਰਲ ਮਿਲ ਕੇ ਚੱਲਿਆ ਜਾਵੇ।
ਤੇ ਜਿਹੜੇ ਰਹਿੰਦੇ ਕੰਮ ਸਾਡੇ ਉਹ ਵੀ ਪੂਰੇ ਹੋ ਜਾਣ। ਤੇ ਸਰਪੰਚ ਸਾਹਿਬ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਕੰਮ ਕੰਪਲੀਟ ਕਰ ਚੁੱਕੇ ਆਪਣੇ ਪਿੰਡ ਦੇ, ਤੇ ਕਿਹੜੇ ਤੁਸੀਂ ਹੋਰ ਵਿਕਾਸ ਸ਼ੁਰੂ ਕੀਤੇ ਹੋਏ ਜਿਹੜੇ ਤੁਹਾਡੇ ਕੰਪਲੀਟ ਹੋਣ ਵਾਲੇ ਆ? ਕੰਮ ਕੰਪਲੀਟ ਤੇ ਸਾਡੇ ਪਿੰਡ ਦਾ ਕੋਈ ਵੀ ਨਹੀਂ ਹੋਇਆ ਜੀ, ਸਾਰੇ ਜੀਰੋ ਲੈਣ ਤੋਂ ਉੱਠ ਕੇ ਚੱਲਣਾ ਪੈ ਰਿਹਾ ਵਾ। ਪਿਛਲੇ ਸਮਿਆਂ ਵਿੱਚ ਵਿਕਾਸ ਬਹੁਤ ਘੱਟ ਹੋਇਆ ਵਾ, ਜੇ ਉਹਨਾਂ ਦੇ ਸਮੇਂ ਦੀ ਤੁਲਨਾ ਲਾ ਲਈਏ ਪੂਰੇ ਹਿਸਾਬ ਨਾਲ ਸਾਡਾ ਪਿੰਡ ਅੱਜ ਇੱਕ ਸਵਰਗ ਬਣਿਆ ਚਾਹੀਦਾ ਸੀ, ਪਰ ਸਮਾਂ ਥੋੜ੍ਹਾ ਵਾ। ਫਿਰ ਵੀ MLA ਸਾਹਿਬ ਸਾਡੇ ਨਾਲ ਜ਼ੋਰ ਦੇ ਕੇ ਮੋਢੇ ਨਾਲ ਮੋਢਾ ਲਾ ਰਹੇ ਨੇ, ਅਤੇ ਥੋੜ੍ਹੇ ਸਮੇਂ ਵਿੱਚ ਹੀ ਬਹੁਤੀ ਕਾਰਜਕਾਰੀ ਕਰਕੇ ਵਿਖਾਉਣਾ ਚਾਹੁੰਦੇ ਹਾਂ ਜੋ ਕਿ ਲੋਕਾਂ ਦਾ ਭਲਾ ਹੋ ਜਾਵੇ। ਤੁਸੀਂ ਆਪਣੇ ਪਿੰਡ ਦੇ ਗਰੀਬ ਲੋਕਾਂ ਨੂੰ ਹੁਣ ਤੱਕ ਕਿਹੜੀ ਕਿਹੜੀ ਸਹੂਲਤ ਦੇ ਚੁੱਕੇ ਜੇ? ਦੇਖੋ ਜੀ, ਹੁਣ ਤੱਕ ਤਾਂ ਜੇ ਪੈਨਸ਼ਨਾਂ ਜਿਹੜੀਆਂ ਨਹੀਂ ਲੱਗੀਆਂ ਉਹ ਭਰ ਕੇ ਭੇਜ ਰਹੇ ਹਾਂ, ਅਤੇ ਸਭ ਤੋਂ ਵੱਡੀ ਜਿਹੜੀ ਘਾਟ ਸੀ, ਜਿਹੜੀ ਮੇਨ ਬਾਜ਼ਾਰ ਸੀ ਬਸਤੀ ਦਾ ਸਾਡਾ, ਉਹਦੀ ਮੰਗ ਸਭ ਤੋਂ ਵੱਧ ਸੀ ਲੋਕਾਂ ਦੀ। ਸਭ ਤੋਂ ਵੱਡੀ ਸੇਵਾ ਉਹ ਸਮਝਦੇ ਨੇ ਵੀ ਉਹ ਸਾਡੀ ਕਰ ਦਿਓ ਸਰਪੰਚ ਜੀ, ਤੁਸੀਂ ਸਭ ਤੋਂ ਵੱਡੀ ਸੇਵਾ ਤੁਹਾਡੀ ਇਹੋ ਜੇ। ਅਤੇ ਸਰਪੰਚ ਸਾਹਿਬ ਆਪਣੇ ਪਿੰਡ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਅੰਗਹੀਣ ਹੈ, ਵਿਧਵਾ ਜਾਂ ਬੁਢਾਪਾ ਪੈਨਸ਼ਨ ਕਿੰਨੀਆਂ ਲਵਾ ਚੁੱਕੇ ਜੇ? ਬੁਢਾਪਾ ਪੈਨਸ਼ਨਾਂ ਤਾਂ ਕਾਫੀ ਤੁਰੀਆਂ ਆ ਰਹੀਆਂ ਨੇ, ਅਤੇ ਆਪਣੇ ਸਮੇਂ ਦੇ ਵਿੱਚ ਤਕਰੀਬਨ 30 ਦੇ ਬੁਢਾਪਾ ਪੈਨਸ਼ਨਾਂ, ਅਤੇ ਅਸੀਂ 8-10 ਕੋਈ ਵਿਧਵਾ ਪੈਨਸ਼ਨਾਂ ਹੋਣੀਆਂ ਨੇ ਉਹ ਲਵਾਈਆਂ ਅਸੀਂ, ਜਿਹੜੇ ਤੁਸੀਂ ਆਪਣੇ ਟਾਈਮ 'ਚ ਲਵਾ ਚੁੱਕੇ। ਹਾਂਜੀ ਹਾਂਜੀ। ਅਤੇ ਸਰਪੰਚ ਸਾਹਿਬ ਜਿੱਦਾਂ ਕਿ ਤੁਸੀਂ ਸਾਨੂੰ ਦੱਸਿਆ ਕਿ ਆਪਣੇ ਫ੍ਰੀ ਮੈਡੀਕਲ ਜਿਹੜਾ ਇਲਾਜ ਹੋ ਰਿਹਾ, 5 ਲੱਖ ਤੱਕ ਸਹੂਲਤ ਮਿਲਦੀ ਆ, ਉਹ ਤੁਸੀਂ ਆਪਣੇ ਪਿੰਡ ਦੇ ਵਿੱਚ ਕਿੰਨੇ ਕਾਰਡ ਬਣਵਾਏ? ਤਕਰੀਬਨ 100 ਤੋਂ 1-2 ਥੱਲੇ ਜਾਂ ਉੱਪਰ ਇੱਥੇ ਹੋ ਸਕਦੇ ਨੇ, ਮਤਲਬ 100 ਦੇ ਲਗਭਗ ਬਣ ਚੁੱਕੇ ਨੇ। ਹਾਂਜੀ। ਅਤੇ ਸਮਾਰਟ ਕਾਰਡ ਜਿਹੜਾ ਆਟਾ ਦਾਲ ਸਕੀਮ ਵਾਲੇ, ਉਹ ਕਿੰਨੇ ਫਾਰਮ ਭਰੇ ਜੇ ਤੁਸੀਂ ਹੁਣ ਜਿਹੜੇ ਨਵੇਂ ਆਪਣੇ ਟਰਮ ਦੇ ਵਿੱਚ? ਉਹ ਅਸੀਂ ਜੀ ਭਰ ਕੇ 300 ਅਤੇ 90 ਦੇ ਗਰੀਬ ਭਰੇ ਸੀ, ਅਤੇ ਸਾਡੇ ਪਿੰਡ ਦੀ ਸੈਂਕਸ਼ਨ ਆਬਾਦੀ ਦੇ ਹਿਸਾਬ ਨਾਲ ਜੋ ਵੀ ਪ੍ਰੋਸੀਜਰ ਚੱਲਦਾ ਵਾ, 330 ਕਾਰਡ ਸਾਨੂੰ ਇਸ਼ੂ ਹੋਣੇ ਆ, ਤਾਂ ਅਸੀਂ ਚਾਹੁੰਦੇ ਹਾਂ ਵੀ ਥੋੜ੍ਹੇ ਬਹੁਤੇ ਹੋਰ ਵੱਧ ਜਾਣ, ਪਰ ਇਹ ਵੀ ਅਸੀਂ ਬਿਲਕੁਲ ਜਾਇਜ਼ ਨੇ, ਜਿਹੜੇ ਜਨਤਾ ਨੂੰ ਜ਼ਰੂਰੀ ਸਹੂਲਤ ਮਿਲਣੀ ਚਾਹੀਦੀ ਉਹ ਦਿੱਤੇ ਨੇ ਅਸੀਂ। ਹਰ ਸਰਪੰਚ ਦਾ ਆਪਣੇ ਪਿੰਡ ਵਾਸਤੇ ਕੋਈ ਸੁਪਨਾ ਹੁੰਦਾ, ਕੋਈ ਡਰੀਮ ਹੁੰਦਾ, ਕੋਈ ਏਮ ਹੁੰਦਾ, ਤੁਸੀਂ ਵੀ ਕੁਛ ਸੁਪਨੇ ਲੈ ਕੇ ਆਏ ਹੋਗੇ ਕਿ ਅਸੀਂ ਆਹ ਕਰਾਂਗੇ ਇਹ ਕਰਾਂਗੇ, ਤੁਸੀਂ ਕੀ ਸੁਪਨੇ ਲੈ ਕੇ ਆਪਣੇ ਪਿੰਡ ਵਿੱਚ ਆਏ ਸੀ ਅਤੇ ਕੀ ਸੁਪਨੇ ਲੈ ਕੇ ਤੁਸੀਂ ਅੱਗੇ ਚੱਲ ਰਹੇ ਜੇ? ਸਭ ਤੋਂ ਵੱਡਾ ਸੁਪਨਾ ਸਾਡਾ ਇਹ ਕਿ ਧੜੇਬੰਦੀ ਖਤਮ ਹੋ ਜਾਵੇ, ਲੋਕ ਰਲ ਮਿਲ ਕੇ ਚੱਲਣ ਇੱਕ ਦੂਜੇ ਦੇ ਨਾਲ, ਅਤੇ ਵਿਕਾਸ ਪੱਖੋਂ ਤਾਂ ਅਸੀਂ ਬਹੁਤ ਅਧੂਰੇ ਹਾਂ, ਉਹ ਤਾਂ ਅਸੀਂ ਚਾਹੁੰਦੇ ਹਾਂ ਵੀ ਅਸੀਂ 100 ਦਾ 100% ਹੀ ਕਰ ਦਈਏ, ਪਰ ਲੱਗਦਾ ਨਹੀਂ ਵੀ ਅਸੀਂ 100% ਹੀ ਪੂਰਾ ਕਰ ਲਵਾਂਗੇ, ਕਿਉਂਕਿ ਸਮੇਂ ਦੀ ਬੜੀ ਘਾਟ ਹੈ। ਅਤੇ ਤੁਸੀਂ ਹੁਣ ਸਾਡੇ ਚੈਨਲ ਰਾਹੀਂ ਕੈਮਰੇ ਰਾਹੀਂ ਆਪਣੇ ਪਿੰਡ ਵਾਸੀਆਂ ਨੂੰ ਜਾਂ ਆਪਣੇ MLA ਸਾਹਿਬ ਨੂੰ ਕੋਈ ਸੁਨੇਹਾ ਦੇਣਾ ਚਾਹੋ ਜਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਜੀ। ਮੈਂ ਧੰਨਵਾਦੀ ਹਾਂ ਸਾਰੇ ਨਗਰ ਦਾ ਜੀ, ਅਤੇ ਆਪਣੇ MLA ਸਾਹਿਬ ਦਾ ਜਿਨ੍ਹਾਂ ਨੇ ਇਹ ਸੇਵਾ ਦਾ ਮਾਣ ਬਖਸ਼ਿਆ, ਅਤੇ ਇੱਕ ਇਹਨੇ ਨਾ ਪੂਰੀ ਹੋਣ ਵਾਲੀ ਮੈਂ ਚੀਜ਼ ਹਾਂ ਜਿਹੜੀ ਪੂਰੀ ਕਰਕੇ ਵਿਖਾਤੀ ਉਹਨਾਂ ਨੇ, ਮੈਂ ਨਹੀਂ ਹਾਂ ਇਹ ਸੇਵਾ ਦੇ ਲਾਇਕ ਵੀ, ਮੈਂ ਆਪਣੇ ਆਪ ਨੂੰ ਬਾਈ ਸਮਝਦਾ ਵੀ ਮੈਂ ਸਰਪੰਚ ਹੀ ਬਣਨਾ ਵਾਂ, ਪਰ MLA ਸਾਹਿਬ ਨੇ ਅਤੇ ਨਗਰ ਨੇ ਇਹ ਸੇਵਾ ਦਾ ਮਾਣ ਬਖਸ਼ਿਆ ਵਾ, ਅਤੇ ਨੀਵੇਂ ਹੋ ਕੇ ਨਿਭਾਵਾਂਗੇ, ਕਿਸੇ ਨੂੰ ਦੁੱਖ ਦਾ ਸ਼ਬਦ ਨਹੀਂ ਬੋਲਾਂਗੇ, ਨਾ ਅੱਜ ਤੱਕ ਕਿਸੇ ਨੂੰ ਬੋਲਿਆ ਵਾ, ਨਾ ਕੋਈ ਪਾਰਟੀ ਪੱਖ ਦੀ ਰੱਖੀ ਅਸੀਂ ਇਹ ਚੀਜ਼, ਨਾ ਰੱਖਾਂਗੇ। ਇਹ ਸੀ ਸਾਡੇ ਨਾਲ ਸਰਪੰਚ ਰਾਮ ਸਿੰਘ, ਪਿੰਡ ਥੋਬਾ, ਹਲਕਾ ਅਤੇ ਬਲਾਕ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਜੋ ਕਿ ਅਸੀਂ ਉਹਨਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਹਨਾਂ ਕੋਲੋਂ ਅਸੀਂ ਜਾਣਕਾਰੀ ਲਈ ਅਤੇ ਉਹਨਾਂ ਨੂੰ ਅਸੀਂ ਪੁੱਛਿਆ ਉਹਨਾਂ ਦੇ ਪਿੰਡ ਦੇ ਵਿਕਾਸ ਬਾਰੇ ਅਤੇ ਉਹਨਾਂ ਨੇ ਕੀਤੇ ਹੋਏ ਵਿਕਾਸ ਬਾਰੇ ਵੀ ਸਾਨੂੰ ਦੱਸਿਆ।
ਅਤੇ ਅਧੂਰੇ ਵਿਕਾਸ ਬਾਰੇ ਵੀ ਦੱਸਿਆ ਜੋ ਆਪਣੇ MLA ਸਾਹਿਬ ਦੇ ਸਹਿਯੋਗ ਨਾਲ ਬਹੁਤ ਜਲਦੀ ਅਧੂਰੇ ਵਿਕਾਸ ਵੀ ਪੂਰੇ ਕਰ ਲੈਣਗੇ। ਇੰਨਾ ਕੁਛ ਕਹਿੰਦਾ ਹੋਇਆ ਮੈਂ ਰਿਪੋਰਟਰ ਜਸਵੀਰ ਸਿੰਘ, ਬਣੇ ਰਹੋ ਸਾਡੇ ਨਾਲ ਅਗਲੀ ਵੀਡੀਓ ਦੇ ਲਈ, ਅਗਲੇ ਪਿੰਡ ਅਗਲੇ ਸਰਪੰਚ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।